ਅਸਲਾਮੁਅਲੈਕਮ ਦੋਸਤੋ ਵੀਰੋ ਕੀ ਹਾਲ ਹੈ ਤੁਹਾਡਾ ਭਰਾ ਇਜਾਜ਼ ਤਾਰਰ ਤੁਸੀਂ ਵੇਖ ਰਹੇ ਤਾਰਰ ਐਗਰੀ ਚੈਨਲ ਤੇ ਅੱਜ ਅਸੀਂ ਆਏ ਜਨਾਬ ਅਲੀ ਸ਼ੇਖੂਪੁਰੇ ਦੀ ਧਰਤੀ ਤੇ ਤੇ ਇੱਥੇ ਭਾਈਰਾ ਕੋਲ ਆਏ ਹਾਂ ਇਹਨਾਂ ਨੇ ਇੱਕ ਪੁਰਜ਼ਾ ਤਿਆਰ ਕੀਤਾ ਮੇਡ ਇਨ ਪਾਕਿਸਤਾਨ ਛੋਟੇ ਜ਼ਿਮੀਦਾਰ ਵਾਸ ਬਹੁਤ ਅੱਛੀ ਚੀਜ਼ ਹੈ ਸੈਲਜ ਬਣਾਉਣਾ ਤੇ ਹਰ ਮੇਰੇ ਭਰਾ ਸੱਜਣ ਵੀਰ ਨੂੰ ਸੈਲਜ ਦੀ ਲੋੜ ਹੈ ਜਿਹੜੇ ਮਰਬੇ ਵਾਲੇ ਹੁੰਦੇ ਨੇ ਉਹ ਤਾਂ ਹਾਰਵੈਸਟਰ ਲੱਭ ਲੈ ਜਾਂਦੇ ਜਿਹੜੇ ਦੋ ਚਾਰ ਕਿੱਲੇ ਦੇ ਬਰਾਂਦੇ ਨੇ ਉਹਨਾਂ ਦਾ ਤਕਰੀਬਨ ਸੈਲਜ ਬਣਨ ਤੋਂ ਪਹਿਲਾਂ ਹੀ ਉਹ ਬੱਕੀ ਸੁੱਕ ਜਾਂਦੀ ਹੈ ਤੇ ਭਾਈ ਜਿਹੜਾ ਪੁਰਜ਼ਾ ਤਿਆਰ ਕੀਤਾ ਹੈ ਇਹਨਾਂ ਨਾਲ ਗੱਲ ਕਰਨੇ ਆ ਇਹ ਕਿੰਨੇ ਦਾ ਪੁਰਜ਼ਾ ਹੈ ਉਸ ਤੋਂ ਬਾਅਦ ਇਹਦੀ ਕਪੈਸਿਟੀ ਕਿੰਨੀ ਹੈ ਕਿੰਨਾ ਟਰੈਕਟਰ ਤੇ ਲੋਡ ਲੈਂਦਾ ਹੈ ਇਹ ਤੁਹਾਡੀ ਗੱਲ ਕਰਾਉਂਦੇ ਆ ਭਾਈ ਜਿਹੜਾ ਨਾਲ ਕੀ ਹਾਲ ਹੈ ਭਾਈ ਜੀ ਕੀ ਨਾਮ ਹੈ ਆਪਣਾ ਜੀ ਸ਼ਾਹਦ ਮਹਿਮੂਦ ਸ਼ਾਹਦ ਮਹਿਮੂਦ ਇਹ ਭਾਈ ਜਾਨ ਆਪਣਾ ਇਹ ਤਕਰੀਬਨ ਘੰਟੇ ਚ ਕਿੰਨਾ ਸਾਰਾ ਜੇ ਬਣਾ ਜਾਂਦੀ ਹੈ ਇਹ ਜੀ ਪੌਣੇ 2 ਘੰਟੇ ਚ 600 ਮਾਨ ਦੀ ਬੜਾ ਬੜਾ ਪੌਣੇ 2 ਘੰਟੇ ਚ 600 ਮਾਨ ਮਤਲਬ ਪੌਣੇ 2 ਘੰਟੇ ਸਮੇਂ ਲਓ 2 ਘੰਟੇ ਚ ਕਿੱਲਾ ਤਕਰੀਬਨ ਕੱਢ ਜੇ 2 ਘੰਟੇ ਕਿੱਲਾ ਕੱਢ ਜੇ 500 600 ਮਾਨ ਕਿੱਲੇ ਦੀ ਐਵਰੇਜ ਹੁੰਦੀ ਹੈ ਅੱਛਾ ਜੀ ਤੇ ਟਰੈਕਟਰ ਇਸ ਵਾਸ ਕਿਹੜਾ ਚਾਹੀਦਾ 75 85 75 ਜੇ ਸਰ ਗਾਲਾ ਲੱਗਦਾ ਲੋਡ ਬਹੁਤ ਜ਼ਿਆਦਾ ਤਾਂ ਨਹੀਂ ਨਹੀਂ ਕੋਈ ਲੋਡ ਨਾਰਮਲ ਤੇ ਚਾਪਰਾ ਲੋਡ ਹੈ ਅੱਛਾ ਜੀ ਅਗਰ ਆ ਛੁਰੀਆਂ ਦਾ ਮੂੰਹ ਮੱਠਾ ਹੋ ਜਾਏ ਤੇ ਉੱਪਰ ਰਗੜ ਨਹੀਂ ਪੈਣਦੀਆਂ ਹਾਂਜੀ ਇਹਨੂੰ ਗ੍ਰੈਂਡਰ ਨਾਲ ਰਫ ਕਰਕੇ ਐਡਜਸਟਮੈਂਟ ਲੱਗੀ ਨਾਲ ਹਾਂਜੀ ਠੀਕ ਇਹਨੂੰ ਐਡਜਸਟ ਕਰ ਲਵੋ ਦੰਦ ਨਾਲ ਬਰਾਬਰ ਕਰ ਲਵੋ ਸਹੀ ਹੋ ਗਿਆ ਠੀਕ ਹੈ ਇਹਦੇ ਕੁਤਰਾ ਮੋਟਾ ਬਰੀਕ ਕਰਨਾ ਹੈ ਉੱਪਰਲੇ ਵਿੱਚ ਚੈਨ ਗਰਾਈ ਦਿੱਤੀ ਹੈ ਉਹਨੂੰ ਮੋਟਾ ਬਰੀਕ ਕਰਨ ਵਾਸਤੇ ਜਿਵੇਂ ਟੋਕੇ ਦੀ ਅਸੀਂ ਗਰਾਈ ਚੇਂਜ ਕਰਨੇ ਆ ਉਸਰੇ ਚੈਨ ਗਰਾਈ ਚੇਂਜ ਕਰਕੇ ਤੇ ਮੋਟਾ ਬਰੀਕ ਕਰ ਦਾਂਗੇ ਪੂਰੇ ਇਹ ਮੇਰਾ ਭਰਾ ਸੱਜਣ ਵੀਰ ਕੋ ਲੈਣਾ ਚਾਹੇ ਨੰਬਰ ਤੁਹਾਡਾ ਤੇ ਸ਼ੋ ਕਰਾ ਦੇ ਆਵੇ ਤੇ ਕੀ ਇਹਦਾ ਰੇਟ ਕੀ ਹੈ ਜੀ ਇਹਦਾ ਸਰ ਇਹਨਾਂ 4 ਲੱਖ ਰੁਪਏ ਦੇ 4 ਲੱਖ ਰੁਪਿਆ ਤੇ 4 ਲੱਖ ਰੁਪਏ ਦਾ ਤੁਸੀਂ ਪੁਰਜ਼ਾ ਬਣਾਇਆ ਮਾਸ਼ਾਅੱਲਾ ਸੋਹਣਾ ਨਹੀਂ ਹੈ ਤੇ ਟਾਇਰ ਨਵੇਂ ਪਾਕ ਦਿਓ ਤੇ ਕੀ ਹੀ ਦਿੰਦੇ ਆ ਪੁਰਾਣੇ ਨਹੀਂ ਟਾਇਰ ਮੈਂ ਨਹੀਂ ਪਾਕ ਦਿੰਦਾ ਪਰ ਟਾਇਰ ਨਵੇਂ ਪਾਕ ਦਿਆਂਗਾ ਹਾਂ ਮਤਲਬ ਇੱਕ ਚੀਜ਼ ਤੁਸੀਂ ਮੇਡ ਇਨ ਪਾਕਿਸਤਾਨ ਬਣਾ ਰਹੇ ਜਨਾ ਜਿੱਥੇ ਇੰਨਾ ਸੋਹਣਾ ਲੋਹਾ ਲਾਇਆ ਹਾਂਜੀ ਉੱਥੇ ਐਂਡ ਤੇ ਭਾਵੇਂ ਛੋਟੇ ਟਾਇਰ ਲਾਓ ਨਵੇਂ ਲਾਓ ਕਮ ਸੇ ਕਮ ਨਵੇਂ ਟਾਇਰ ਲਾਓ ਕਿਉਂਕਿ ਇੱਕ ਮਸ਼ੀਨ ਹੈ ਆਮ ਚੀਜ਼ ਨਹੀਂ ਹਾਂਜੀ ਇਸ ਵਾਰ ਮਿਹਰਬਾਨੀ ਕਰੋ ਰੇਟ ਭਾਵੇਂ ਵਧਾ ਲਿਓ ਟਾਇਰ ਨਵੇਂ ਲਾਇਓ ਦੋਸਤੋ ਮੁਕੰਮਲ ਤੌਰ ਤੇ ਕਪੈਸਿਟੀ ਬਹਾਨੇ ਮਸ਼ੀਨ ਦੀ ਕਿਹੜਾ ਕਿਹੜਾ ਲੋਹਾ ਲਾਇਆ ਗਿਆ ਕ੍ਰਾਸ ਬਲੈਤੀ ਨਾ ਜੀ ਬਲੈਤੀ ਕਰਾ ਦੀ बाकी मशीन रहे नंबर शो कर दें भारा अगर कोई छोटी मशीन सैलेज वाली बनाना चाहे तो रबता जरूर करो आखिरी जुमले बस दे रहे हो सजनो इजाजत चाहते हैं सीधा गेड़ो हाँ जी दोस्तों इस तरीके ने कटाई करनी है कैंची कटर इन्हों की कारीगरी बेहतरीन है अगर कैंची कटिंग हो तो लोड नहीं पैना ट्रैक्टर अगर सीधी कटिंग होती लोड पैना सी जिस तरीके टोका मशीन कटिंग करता है ना जी एक साइड तो ए मशीन जी जनाबे वाली उस तो बाद इस जगह तू पट्ठे लगन जी रूलर लगे पिछली साइड ते भी जी मतलब अगर बंदा खरीद के खड़ता है काम नहीं करता वापस हो कटाई ना करे या लोड बहुत ज्यादा होवे लोड होवे मशीन काम ना करे दी क्लेम होवेगा साडा दोस्तों मशीन पसंद ना आवे काम ना करे कोई फॉल्ट करे भाई यारी वापस करन दे पुरदा माशाल्लाह अच्छा है जी दुआवां याद जरूर करियो आखिरी जुमले नाल बस दे रहे सजनो मेहरबानी